ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਟਿੱਕਾ ਪਿੰਡ ਅਬਲ ਖਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ 1980 ਤੋਂ ਬਾਗਬਾਨੀ ਦੇ ਕਿੱਤੇ ਦੇ ਨਾਲ ਜੁੜੇ ਹੋਏ ਹਾਂ ਅਸੀਂ ਸਾਂਝੇ ਪਰਿਵਾਰ ਦੇ ਤੌਰ ਤੇ ਬਾਗਬਾਨੀ ਕਰ ਰਹੇ ਹਾਂ ਔਰ ਅਸੀਂ ਇਹ ਬਾਗਬਾਨੀ 5 ਏਕੜ ਤੋਂ ਸ਼ੁਰੂ ਕੀਤੀ ਸੀ ਔਰ ਅੱਜ ਸਾਡੇ ਕੋਲ 125 ਏਕੜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲ ਨੇ ਔਰ ਇੱਥੇ ਮੈਨੂੰ ਦੱਸਦਿਆਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅਸੀਂ ਸਾਰੇ ਦੀ ਸਾਰੀ ਫਸਲ ਦੀ ਮਾਰਕੀਟਿੰਗ ਵੀ ਖੁਦ ਕਰਦੇ ਹਾਂ ਔਰ ਸਾਡੇ ਕੋਲੇ ਹਾਈ ਟੈਕ ਫਰੂਟ ਪ੍ਰੋਸੈਸਿੰਗ ਨਾਂ ਦਾ ਵੈਕਸਿੰਗ ਪਲਾਂਟ ਲੱਗਿਆ ਹੋਇਆ ਨਾਲ ਹੀ ਸਾਡੇ ਕੋਲੇ ਨਰਸਰੀ ਵੀ ਹੈ ਜਿਹੜੀ ਕਿ ਪੰਜਾਬ ਸਰਕਾਰ ਔਰ ਪਾਰ ਸਰਕਾਰ ਤੋਂ ਮਨਜ਼ੂਰਸ਼ੁਦਾ ਹੈ ਔਰ ਅਸੀਂ ਬੜੀ ਵਧੀਆ ਕਿਸਮ ਦੇ ਪੌਦੇ ਵੀ ਸਾਰੇ ਪੰਜਾਬ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਸਪਲਾਈ ਕਰਦੇ ਆ ਮੈਂ ਇੱਥੇ ਇਹ ਕਹਿਣਾ ਚਾਹੂੰਗਾ ਕਿ ਇਸ ਕਿੱਤੇ ਦੇ ਵਾਸਤੇ ਸਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੇ ਵੀ ਕੇ ਮੁਕਸਰ ਕੇ ਵੀ ਕੇ ਮੁਕਸਰ ਅਤੇ ਬਾਗਵਾਨੀ ਵਿਭਾਗ ਪੰਜਾਬ ਦੇ ਵੱਲੋਂ ਪੂਰੀ ਮਦਦ ਜਿਹੜੀ ਉਹ ਮਿਲੀ ਹੈ ਮੈਂ ਦੱਸਣ ਲੱਗਿਆ ਮਾਣ ਮਹਿਸੂਸ ਕਰਦਾ ਕਿ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਚਾਹੇ ਯੂਨੀਵਰਸਿਟੀ ਦੇ ਮਹਾਰਾਂ ਦੀ ਲੋੜ ਹੋਵੇ ਚਾਹੇ ਕ੍ਰਿਸ਼ੀਵਗਿਆਨ ਕੇਂਦਰ ਦੀ ਹੋਵੇ ਜਾਂ ਬਾਗਬਾਨੀ ਵਿਭਾਗ ਦੀ ਹੋਵੇ ਮੇਰੇ ਸਿਰ ਤੇ ਹਰ ਸਮੇਂ ਉਹਨਾਂ ਨੇ ਹੱਥ ਰੱਖਿਆ ਹੈ ਔਰ ਜਦੋਂ ਵੀ ਸਾਨੂੰ ਕਿਤੇ ਲੋੜ ਪਈ ਹੈ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਜਿਵੇਂ ਕਹਿੰਦੇ ਕਿ ਗੁਰਬੈਨ ਗੁਰੂਬੈਨ ਗਤੀ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਟੈਕਨੀਕਲ ਖੇਤੀ ਕਰਨ ਦੀ ਖਾਤਰ ਮਹਾਰਾਂ ਦੀ ਰਹਿ ਲੈਣੀ ਬਹੁਤ ਜ਼ਰੂਰੀ ਹੈ ਸੋ ਅਸੀਂ ਸ਼ੁਰੂ ਤੋਂ ਹੀ ਬਾਗਬਾਨੀ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਆ ਜੋ ਸਮੇਂ-ਸਮੇਂ ਤੇ ਸਾਨੂੰ ਜਿਹੜੇ ਮਾਹਰ ਨੇ ਉਹ ਸਲਾਹ ਦਿੰਦੇ ਨੇ ਸੋ ਮੈਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਇਸ ਗੱਲ ਤੇ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਕੋਈ ਵੀ ਕੀਤਾ ਆਪ ਜਾਂ ਆਪਣੇ ਬੱਚਿਆਂ ਨੂੰ ਕਰਵਾਉਣਾ ਚਾਹੁੰਦੇ ਹੋ ਖੇਤੀ ਪ੍ਰਤੀ ਚਾਹੇ ਉਹ ਮੁੱਖ ਖੇਤੀ ਹੈ ਜਿਹਦੇ ਵਿੱਚ ਬਾਗਬਾਨੀ ਹੈ ਚਾਹੇ ਸਬਜ਼ੀਆਂ ਹੈ ਚਾਹੇ ਸਹਿਕ ਕਿਤੇ ਨੇ ਉਹਦੇ ਵਿੱਚ ਮਾਹਰਾਂ ਦੀ ਰਾਇ ਲੈਣੀ ਬਹੁਤ ਜ਼ਰੂਰੀ ਹੈ ਜਿਹੜਾ ਕਰਕੇ ਅਸੀਂ ਅੱਜ ਇਸ ਜਗ੍ਹਾ ਤੇ ਪਹੁੰਚੇ ਆ ਮੈਨੂੰ ਜਿੱਥੇ ਜਦੋਂ ਵੀ ਲੋੜ ਪਈ ਹੈ ਤਾਂ ਮੇਰੀ ਮਦਦ ਵੀ ਕੀਤੀ ਆ ਔਰ ਮੇਰਾ ਮਾਨ ਸਨਮਾਨ ਵੀ ਕੀਤਾ ਯੂਨੀਵਰਸਿਟੀ ਨੇ ਦੋ ਵਾਰ ਮੈਨੂੰ ਮਾਨ ਸਨਮਾਨ ਦਿੱਤਾ ਮੁੱਖ ਮੰਤਰੀ ਵਾਰਡ ਅਤੇ ਪ੍ਰਵਾਸੀ ਭਾਰਤੀ ਵਾਰਡ ਦੇ ਕੇ ਪੰਜਾਬ ਸਰਕਾਰ ਵੱਲੋਂ ਮੈਨੂੰ ਸਟੇਟ ਵਾਰਡ ਦਿੱਤਾ ਗਿਆ ਔਰ ਮੈਂ ਕਈ ਮੁਲਕਾਂ ਦਾ ਦੌਰਾ ਵੀ ਕਰ ਚੁੱਕਾ ਸੋ ਅੱਜ ਮੈਂ ਆਪਣੇ ਨਾਲ ਬਹੁਤ ਹੀ ਕਿਸਾਨਾਂ ਨੂੰ ਜੋੜਿਆ ਔਰ ਜਿਹੜੇ ਕਿ ਆਪਣੇ ਆਪਣੇ ਬਾਗਬਾਨੀ ਦੇ ਵਿੱਚ ਜਾਂ ਵੱਖ-ਵੱਖ ਸਹਿਕਤੰਦਿਆਂ ਦੇ ਵਿੱਚ ਬਹੁਤ ਹੀ ਕਾਮਯਾਬੀ ਦੇ ਨਾਲ ਚੱਲ ਰਹੇ ਨੇ ਸੋ ਮੈਂ ਸਾਰੇ ਹੀ ਭਰਾਵਾਂ ਨੂੰ ਅੰਤ ਦੇ ਵਿੱਚ ਫੇਰ ਸਤਿ ਸ੍ਰੀ ਅਕਾਲ ਬਲਾਉਣਾ ਔਰ ਕਹਿਣਾ ਕਿ ਆਪਣੇ ਕਿਤੇ ਪ੍ਰਤੀ ਸਿਰ ਧੋ ਕੇ ਚੱਲਣਾ ਹੈ ਤਾਂ ਤੁਹਾਨੂੰ ਬਾਗਬਾਨੀ ਵਿਭਾਗ ਜਾਂ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਲੈਣੀ ਬਹੁਤ ਹੀ ਜ਼ਰੂਰੀ ਬਣਦੀ ਹੈ ਧੰਨਵਾਦ